ਸਾਡਾ ਪਿੰਡ ਖਡੂਰ ਸਾਹਿਬ ਆ ਤੇ ਸਾਡਾ ਬੱਚੇ ਨੂੰ 9-10 ਮਹੀਨੇ ਹੋ ਗਏ ਗਏ ਨੂੰ ਤੇ ਘਰ ਵਾਪਸ ਨਹੀਂ ਆਇਆ। ਅਸੀਂ ਬੜੀ ਭਾਲ ਕੀਤੀ ਆਪਣੇ ਬੱਚੇ ਬਾਰੇ, ਸਾਰੇ ਗੁਰਦੁਆਰਿਆਂ 'ਚ ਸਾਰੇ ਥਾਂ ਵੇਖਿਆ ਪਰ ਸਾਡਾ ਬੱਚਾ ਨਹੀਂ ਸਾਨੂੰ ਮਿਲਿਆ। ਕਿੰਨੀ ਕਿੰਨੀ ਦੇਰ ਦਾ ਘਰੋਂ ਗਿਆ ਜੀ? ਉਹਨਾਂ ਨੂੰ 10 ਮਹੀਨੇ ਹੋ ਗਏ ਗਏ। ਉਮਰ ਕਿੰਨੀ ਕੁ ਸੀ ਉਹਨਾਂ ਦੀ? ਉਮਰ 21-22 ਸਾਲ ਦੀ। ਪਰ ਸਾਡਾ ਬੱਚਾ ਜਿਹੜਾ ਵਾ ਬਚਪਨ ਵਾਲਾ ਹੀ, ਉਹਦੀ ਉਮਰ ਇੰਨੀ ਆ, ਉਹਨੂੰ ਇੰਨਾ ਆਉਣ ਜਾਣ ਦਾ ਪਤਾ ਨਹੀਂ ਆ। ਤੇ ਜਿਸੇ ਵੀ ਕਿਸੇ ਨੇ, ਭੈਣ ਭਰਾ ਨੇ, ਜਿੰਨੇ ਵੀ ਕਿਸੇ ਨੇ ਉਹਨੂੰ ਵੇਖਿਆ ਹੋਵੇ ਤੇ ਅਸੀਂ ਫੋਨ ਨੰਬਰ ਦਿੰਦੇ, ਉਸ ਫੋਨ ਦੇ ਉੱਤੇ ਸਾਨੂੰ ਫੋਨ ਕਰਨ, ਅਸੀਂ ਉਹਦਾ ਨਾਮ ਵੀ ਦੇਵਾਂਗੇ। ਜਿੰਨੇ ਵੀ ਕਿਸੇ ਨੇ ਸਾਨੂੰ ਵੀ ਸਾਡਾ ਪਿੰਡ ਖਡੂਰ ਸਾਹਿਬ ਆ ਤੇ ਪਿਆਣੇ ਸਾਹਿਬ ਤੋਂ ਗੁਰਦੁਆਰੇ ਗੁਰੂ ਨਾਨਕ ਦੇ ਘਰੋਂ ਗਿਆ ਸੀ, ਜੇ ਸਾਨੂੰ ਨਹੀਂ ਤੇ ਗੁਰੂ ਨਾਨਕ ਦੇ ਘਰ ਹੀ ਸਾਡਾ ਬੇਟਾ ਬਚਾ ਦੇਣ। ਅਸੀਂ ਗੋਇੰਦਵਾਲ ਦਰਖਾਸਤ ਵੀ ਦਿੱਤੀ ਆ ਤੇ ਪਰ ਅਸੀਂ ਅਖਬਾਰ 'ਚ ਵੀ ਅੱਗੇ ਕਢਾਇਆ ਸੀ, ਸਾਨੂੰ ਕੁਛ ਦੇਖਭਾਲ ਸਾਡੇ ਬੱਚੇ ਦੀ ਨਹੀਂ ਹੋਈ। ਪਰ ਅਸੀਂ ਬਹੁਤ ਬਹੁਤ ਮਿਹਨਤ ਹੀ ਕਰਦੇ ਹਾਂ ਵੀ ਜਿਹੜਾ ਵੀ ਸਾਡੇ ਬੱਚੇ ਨੂੰ ਦਿਖੇ ਭਾਲੇ ਕੋਈ ਵੀ ਕਿਸੇ ਤਰ੍ਹਾਂ ਦਾ, ਸਾਡਾ ਬੱਚਾ ਭੋਲਾ ਵਾ ਤੇ ਸਾਡੇ ਕਿਰਪਾ ਕਰਕੇ ਸਾਡੇ ਘਰ ਪਹੁੰਚਾਉਣ ਦੀ ਪਾਲਤਾ ਕਰਨ। ਸਾਡਾ ਪਿੰਡ ਖਡੂਰ ਸਾਹਿਬ ਆ, ਸਾਡਾ ਬੱਚਾ ਵਾ, ਦਿਮਾਗ ਛੋਟਾ ਸਾਰਾ ਜਿਹਾ, ਕੁੰਦਾ ਘੱਟ ਵਾ ਅਤੇ ਉਹਨੂੰ ਕਿਰਪਾ ਕਰਦੇ ਅਸੀਂ, ਜਿਹੜਾ ਭੈਣ ਭਰਾ ਕੋਈ ਵੀ ਹੋਏ ਘਰ ਪਹੁੰਚਾਉਣ ਦੀ ਗਲਤਾ ਕਰਦੇ ਹਾਂ, ਪਹੁੰਚਾ ਦੇ ਅਤੇ ਭੈਣ ਸਾਹਿਬ ਪਹੁੰਚਾ ਦੇਣ ਘਰ। ਅਤੇ ਹੋਰ ਅਸੀਂ ਘਰੋਂ ਕਿੱਥੇ ਗਏ ਬਾਪੂ ਜੀ? ਗੁਰਦੁਆਰਾ ਇੱਥੇ ਇੱਥੇ ਆਪਣੇ ਅਤੇ ਭੈਣ ਸਾਡੇ ਦੀ ਡੇਰੇ ਆਏ ਜੀ। ਅਤੇ ਕਿੰਨਾ ਸਮਾਂ ਹੋ ਗਿਆ ਗੈਰ? ਸਰ 2-10 ਮਹੀਨੇ ਹੋ ਗਏ, 10 ਮਹੀਨੇ ਹੋ ਗਏ। ਤੇ ਕੀ ਤੁਸੀਂ ਕੀ ਮੰਗ ਕਰਦੇ ਜੋ, ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਵੀਡੀਓ ਵੇਖਣ, ਕੀ ਕਹਿਣਾ ਚਾਹੋਗੇ? ਵੀਡੀਓ ਨੇ ਇਹਨਾਂ ਨੂੰ ਵੇਖਣਾ, ਇਹੋ ਕਹਿੰਦੇ ਵੀ ਸਾਨੂੰ ਪਸੰਦ ਹੈ ਸਾਡਾ ਮੁੰਡਾ ਘਰ ਪੁਜਾ ਦੇਣ। ਵੀਰੇ ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ ਜੀ। ਅੰਮ੍ਰਿਤਪਾਲ, ਕੀ ਮਸਲਾ ਜਿਹੜਾ ਤੁਹਾਡਾ ਬ੍ਰਦਰ ਗਿਆ, ਕਹਿੰਦੇ ਕੀ ਮਸਲਾ? ਇਹ ਨਾ ਵੀਰੇ ਥੋੜ੍ਹਾ ਦਿਮਾਗੀ ਤੌਰ ਤੋਂ ਅਪਸੈਟ ਆ। ਇਹ 1-2 ਵਾਰੀ ਪਹਿਲਾਂ ਵੀ ਗਿਆ ਸੀ ਅਤੇ ਪਹਿਲਾਂ ਮਤਲਬ ਕਿ ਅਸੀਂ ਲੱਭ ਲਿਆਂਦਾ ਸੀ ਅਤੇ ਹੁਣ 10 ਮਹੀਨੇ ਹੋ ਗਿਆ ਸਾਨੂੰ, ਹੁਣ ਮਿਲ ਨਹੀਂ ਰਿਹਾ। ਅਸੀਂ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਪਰ ਸਾਨੂੰ ਕਿਤੇ ਨਹੀਂ ਮਿਲਿਆ। ਥਾਣੇ ਇਹ ਘਰੋਂ ਗੁਰਦੁਆਰੇ ਸਾਹਿਬ ਗਿਆ ਸੀ, ਗੁਰਦੁਆਰਾ ਤਪਿਆਣਾ ਸਾਹਿਬ ਸੇਵਾ ਕਰਨ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ ਬਾਅਦ ਵਿੱਚ। ਉਮਰ ਕਿੰਨੀ ਕੁ ਵੀਰੇ ਮੰਨੀ? ਉਮਰ 25 ਸਾਲ ਉਮਰ ਹੈਗੀ ਹੈ ਜੀ। ਅਤੇ ਉਮਰ ਤੋਂ ਕਾਫ਼ੀ ਮਤਲਬ ਕਿ ਛੋਟਾ ਆ, ਇਹ ਦਿਮਾਗ ਨਹੀਂ, ਮਤਲਬ ਕਿ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਅਪਸੈਟ ਆ। ਠੀਕ ਹੈ ਜੀ। ਕੰਪਲੇਂਟ ਲਿਖਾਈ ਇਸ? ਹਾਂਜੀ, ਕੰਪਲੇਂਟ ਗੋਇੰਦਵਾਲ ਥਾਣੇ ਲਿਖਾਈ ਹੋਈ ਆ। ਕੀ ਮੰਗ ਕਰਦੇ ਜੋ? ਮੰਗ ਸਾਡੀ ਇਹੀ ਹੈ ਕਿ ਵੀਰੇ ਜੇ ਉਹ ਵੀ ਕਿਸੇ ਵੀਰ ਭੈਣ ਭਰਾ ਨੂੰ ਦਿਖੇ ਤਾਂ ਸਾਨੂੰ ਕਿਰਪਾ ਕਰਕੇ ਇਸ ਨੰਬਰ 'ਤੇ ਸਾਡੇ ਨਾਲ ਸੰਪਰਕ ਕੀਤਾ ਜਾਵੇ। ਕਿਹੜਾ ਕੀ ਨੰਬਰ ਆ ਤੁਹਾਡਾ? ਸਾਡਾ ਨੰਬਰ 76-578-29-873। ਇੱਕ ਵਾਰ ਫਿਰ ਬੋਲੋ। 76-578-29-873।